welcome dear students ਅੱਜ ਆਪਾਂ ਤੁਹਾਡੇ nmmms ਪੇਪਰ ਨਾਲ ਰਿਲੇਟਡ ਸਮਾਜਿਕ ਸਿੱਖਿਆ ਦੇ ਭਾਗ ਦੇ ਕੁਝ ਪ੍ਰਸ਼ਨ ਹੱਲ ਕਰਾਂਗੇ ਠੀਕ ਹੈ ਤੁਹਾਨੂੰ ਦੱਸ ਦਈਏ ਇੱਥੇ ਵੀ ਜਿਹੜੇ ਤੁਹਾਡਾ nmmms ਦਾ ਪੇਪਰ ਹੋਣਾਗਾ ਉਹਦੇ ਵਿੱਚ ਤੁਹਾਡੇ ਤਿੰਨ ਮੇਨ ਵਿਸ਼ੇ ਹਨ ਜਿਹਦੇ ਵਿੱਚ ਸਮਾਜਿਕ ਸਿੱਖਿਆ ਵਿਗਿਆਨ ਅਤੇ ਗਣਿਤ ਠੀਕ ਹੈ ਤਾਂ ਸਮਾਜਿਕ ਸਿੱਖਿਆ ਦੇ ਜਿਵੇਂ ਤੁਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਪੜਿਆ ਗਿਆ ਕਿ ਸਮਾਜਿਕ ਸਿੱਖਿਆ ਭਾਗ ਦੇ ਕਿਤਾਬ ਦੇ ਵਿੱਚ ਤਿੰਨ ਭਾਗ ਹੁੰਦੇ ਹੈਗੇ ਭੂਗੋਲ ਇਤਿਹਾਸ ਅਤੇ ਨਗਰਿਕ ਸ਼ਾਸਤਰ ਠੀਕ ਹੈ ਤਾਂ ਉਹਨਾਂ ਦੇ ਵਿੱਚੋਂ ਆਪਾਂ ਅੱਜ ਕੁਝ ਪ੍ਰਸ਼ਨ ਤੁਹਾਡੇ ਲਈ ਲੈ ਕੇ ਆਏਗੇ ਇਹ 2016 ਵਾਲਾ ਪੇਪਰ ਹੈ ਜੋ ਐਨਵੀਐਸ ਦਾ ਪੇਪਰ ਹੋਇਆ ਸੀ 2016 ਦੇ ਵਿੱਚ ਉਹ ਪੇਪਰ ਤੁਹਾਡੇ ਲਈ ਅੱਜ ਆਪਾਂ ਹੱਲ ਕਰਾਂਗੇ ਸੋ ਆਓ ਸ਼ੁਰੂ ਕਰੀਏ ਆਪਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਮਾਣੂ ਖਣਿਜ ਪਦਾਰਥ ਹੈ ਹਾਂਜੀ ਲੋਹਾ thorium ਅਬਰਕ magnesium ਹਾਂਜੀ ਕਿਹੜਾ ਪਰਮਾਣੂ ਖਣਿਜ ਪਦਾਰਥ ਹੈ thorium ਪ੍ਰਸ਼ਨ ਨੰਬਰ 107 ਧੂ ਧੁੰਦ ਕਿਸ ਦਾ ਸੁਮੇਲ ਹੈ ਜਿਹੜੀ ਧੂ ਧੁੰਦ ਬਣਦੀ ਹੈ ਉਹ ਕਿਸ ਦੇ ਸੁਮੇਲ ਤੋਂ ਬਣਦੀ ਹੈ ਦੇਖੋ ਧੂ ਨੂੰ ਆਪਾਂ ਕੀ ਕਹਿੰਦੇ ਨੇ ਧੂਆਂ ਧੁੰਦ ਜਿਹੜੀ ਸਰਦੀਆਂ ਦੇ ਵਿੱਚ ਪੈਂਦੀ ਹੈ ਤਾਂ ਧੂ ਧੁੰਦ ਕਿਸ ਦਾ ਸੁਮੇਲ ਹੈਗਾ ਧੂਏ ਦਾ ਇਹਨੂੰ ਸਮੋਗ ਵੀ ਕਹਿੰਦੇ ਆ ਬੇਟਾ ਠੀਕ ਹੈ ਹੋਰ ਕੀ ਕਹਿੰਦੇ ਨੇ ਇਹਨੂੰ ਸਮੋਗ ਤੁਹਾਨੂੰ ਇਹ ਪੁੱਛਿਆ ਸਮੋਗ ਕਿਸ ਦਾ ਸਮੇਲ ਹੈ ਤਾਂ ਅਸੀਂ ਕੀ ਲਿਖਾਂਗੇ ਧੂਆਂ ਤੇ ਤੁੰਦ ਦਾ ਹਾਂਜੀ ਅਗਲਾ ਪ੍ਰਸ਼ਨ ਸੁਨਾਮੀ ਕਿਸ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਕਿਹੜੀ ਭਾਸ਼ਾ ਦਾ ਸ਼ਬਦ ਹੈ ਸੁਨਾਮੀ ਜਪਾਨੀ ਭਾਸ਼ਾ ਦਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਬੇਟਾ ਜਪਾਨੀ ਭਾਸ਼ਾ ਦਾ ਠੀਕ ਹੈ ਜਿਹੜਾ ਕਿ ਦੋ ਸ਼ਬਦਾਂ ਦੇ ਮੇਲ ਤੋਂ ਬਣਦਾ ਹੈਗਾ ਤੁਸੂ ਪਲੱਸ ਨਾਮੀ ਤੁਸੂ ਦਾ ਅਰਥ ਹੈ ਕੰਡਾ ਨਾਮੀ ਦਾ ਅਰਥ ਹੈ ਕੰਡੇ ਦੇ ਉੱਪਰ ਉੱਠਣ ਵਾਲੀਆਂ ਉੱਚੀਆਂ-ਉੱਚੀਆਂ ਲਹਿਰਾਂ ਤਾਂ ਸੁਨਾਮੀ ਕਿਹੜੀ ਭਾਸ਼ਾ ਦਾ ਸ਼ਬਦ ਹੈ ਜਪਾਨੀ ਭਾਸ਼ਾ ਦਾ ਹਾਂਜੀ ਅਗਲਾ ਪ੍ਰਸ਼ਨ ਇਹ ਇੱਥੇ ਲਿਖਿਆ ਵਿੱਚੋਂ ਕਿਸ ਨੂੰ ਤਾਂਬੇ ਨਾਲ ਮਿਲਾ ਕੇ ਕਾਂਸਾ ਬਣਾਇਆ ਜਾਂਦਾ ਹੈ ਹਾਂਜੀ ਬੇਟਾ ਕਾਂਸਾ ਬਣਾਉਣ ਲਈ ਦੋ ਤੰਤਾਂ ਦੀ ਲੋੜ ਪੈਂਦੀ ਹੈਗੀ ਇੱਕ ਤਾਂ ਤਾਂਬਾ ਹੈਗਾ ਤੇ ਦੂਸਰਾ ਉਹਦੇ ਨਾਲ ਕੀੜਾ ਮਿਲਾਇਆ ਜਾਂਦਾ ਬੇਟਾ ਤਿੰਨ ਤਾਂਬੇ ਅਤੇ ਟਿੰਨ ਦੇ ਮੇਲ ਤੋਂ ਕੀ ਬਣਦਾ ਹੈਗਾ ਕਾਂਸਾ ਜਿਹਨੂੰ ਆਪਾਂ ਬ੍ਰੌਂਜ਼ ਬੋਲਦੇ ਆਂਗੇ ਕੀ ਕਹਿੰਦੇ ਬੇਟਾ ਆਪਾਂ ਉਸਨੂੰ ਬ੍ਰੌਂਜ਼ ਹਾਂਜੀ ਬੇਟਾ ਅਗਲਾ ਪ੍ਰਸ਼ਨ ਓਜ਼ੋਨ ਪਰਤ ਕਿਹੜੇ ਮੰਡਲ ਵਿੱਚ ਪਾਈ ਜਾਂਦੀ ਹੈ ਹਾਂਜੀ ਕਿਹੜੇ ਮੰਡਲ ਚ ਪਾਈ ਜਾਂਦੀ ਹੈਗੀ ਸਮਤਾਪ ਮੰਡਲ ਦੇ ਵਿੱਚ ਅਗਲਾ ਪ੍ਰਸ਼ਨ ਜਿਹੜੀ ਓਜ਼ੋਨ ਪਰਤ ਬੇਟਾ ਇਹ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਜਿਹੜੀਆਂ ਪ੍ਰਾਵੈਗਣੀ ਕਿਰਨਾਂ ਨੇ ਨਾ ਪਰਾ ਵੈਂਗਣੀ ਕਿਰਨਾ ਜਿਹਨੂੰ ਅਸੀਂ ਅਲਟਰਾ ਬਾਇਓਲਟ ਰੇਜ਼ ਬੋਲਦੇ ਆਂਗੇ ਇਸ ਨੂੰ ਓਜ਼ੋਨ ਪਰਤ ਰੋਕਦੀ ਹੈਗੀ ਤੇ ਹਾਂਜੀ ਬੇਟਾ ਅਗਲਾ ਪ੍ਰਸ਼ਨ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਹੜਾਗਾ ਹਾਂਜੀ ਕਿਹੜਾਗਾ ਲੁਧਿਆਣਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਇੰਡਸਟਰੀ ਹੈ ਉਦਯੋਗ ਜ਼ਿਆਦਾ ਨੇ ਇੱਥੇ ਫੈਕਟਰੀਆਂ ਜ਼ਿਆਦਾ ਨੇ ਇਸ ਕਰਕੇ ਖੇਤਰ ਜ਼ਿਆਦਾ ਪ੍ਰਦੂਸ਼ਿਤ ਹੈ ਅਗਲਾ ਪ੍ਰਸ਼ਨ ਚਾਵਲ ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਖੇਤਰਾਂ ਵਿੱਚ ਪੈਦਾ ਕੀਤਾ ਜਾਂਦਾ ਹੈ ਗਰਮ ਅਤੇ ਤਰ ਖੇਤਰ ਦੇ ਵਿੱਚ ਪ੍ਰਸ਼ਨ ਨੰਬਰ ਅਗਲਾ 113 ਬਾਕਸਾਈਟ ਕਿਸ ਦੀ ਕੱਚੀ ਤੱਤ ਹੈ ਹਾਂਜੀ ਵੈਰੀ ਗੁੱਡ ਐਲੂਮੀਨੀਅਮ ਦੀ ਪ੍ਰਸ਼ਨ ਨੰਬਰ 114 ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ ਹਾਂਜੀ ਬੇਟਾ ਕਿਹੜਾ ਸਭ ਤੋਂ ਛੋਟਾ ਮਹਾਸਾਗਰ ਆਰਕਟਿਕ ਲੇਕਨ ਸਾਨੂੰ ਸਭ ਤੋਂ ਵੱਡਾ ਪੁੱਛਦੇ ਫਿਰ ਆਪਾਂ ਕਿਹੜਾ ਟਿੱਕਰ ਦੇ ਸ਼ਾਂਤ ਮਹਾਸਾਗਰ ਠੀਕ ਹੈ ਸੰਸਾਰ ਦਾ ਸਭ ਤੋਂ ਵੱਡਾ ਮਹਾਸਾਗਰ ਸ਼ਾਂਤ ਮਹਾਸਾਗਰ ਹੁਣ ਸਾਨੂੰ ਛੋਟਾ ਪੁੱਛਿਆ ਗਿਆ ਇਸ ਕਰਕੇ ਆਰਕਟਿਕ ਮਹਾਸਾਗਰ ਆਰਕਟਿਕ ਮਹਾਸਾਗਰ ਛੋਟਾਗਾ ਹਾਂਜੀ ਅਗੇ ਬਗਲ ਕਰੀਏ ਚਾਹ ਦੀ ਖੇਤੀ ਲਈ ਲੋੜ ਹੈ ਚਾਹ ਦੀ ਖੇਤੀ ਲਈ ਕਿ ਲੋੜ ਹੈਗੀ ਗਰਮ ਜਲਵਾਯੂ ਅਤੇ ਜਿਆਦਾ ਬਰਖਾ ਦੀ ਠੀਕ ਹੈ ਦੇਖੋ ਜਦੋਂ ਜਲਵਾਯੂ ਗਰਮ ਹੁੰਦਾ ਹੈ ਨਾ ਤਾਂ ਜਿਹੜੇ ਚਾਹ ਦੀਆਂ ਪੱਤੀਆਂ ਨੇ ਉਹ ਜਿਆਦਾ ਪੌਦਾ ਗਾਉਦੀਆਂ ਨੇ ਪੱਤੀਆਂ ਨੇ ਨਵੀਂ ਆ ਉਹ ਬਹੁਤ ਜਲਦੀ ਨਿਕਲਦੀਆਂ ਨੇ ਪ੍ਰਸ਼ਨ ਨੰਬਰ 16 ਨਾਗਾ ਪਹਾੜ ਕਿੱਥੇ ਸਥਿਤ ਹੈ ਠੀਕ ਹੈ ਇਹਨੂੰ ਆਪਾਂ ਇੰਗਲਿਸ਼ ਚ ਪੜ੍ਹਦੇ ਹਾਂਗੇ ਨਾਗਾ ਵੇਅਰ ਇਜ਼ ਨਾਗਾ ਪਹਾੜ ਲੋਕੇਟਡ ਠੀਕ ਹੈ ਤੇ ਇਹਦਾ ਨਾਗਾ ਪਹਾੜ ਕਿੱਥੇ ਹੈ ਬੇਟਾ ਜੰਮੂ ਕਸ਼ਮੀਰ ਦੇ ਵਿੱਚ ਹੈ ਠੀਕ ਹੈ ਕਿੱਥੇ ਬੇਟਾ ਜੰਮੂ ਕਸ਼ਮੀਰ ਦੇ ਵਿੱਚ ਠੀਕ ਹੈ ਦੇਖੋ ਬੇਟਾ ਤੇ ਨਾਂਗਾਗਾ ਠੀਕ ਹੈ ਐਨ ਏ ਐਨ ਜੀ ਏ ਨਾਂਗਾ ਪਰਬਤ ਕਿੱਥੇ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਜੇਕਰ ਐਨ ਏ ਜੀ ਏ ਇਹ ਵੀ ਨਾਂਗਾ ਪਰਬਤ ਹੈਗਾ ਇਹ ਕਿੱਥੇ ਹੈਗਾ ਨਾਗਾਲੈਂਡ ਦੇ ਵਿੱਚ ਠੀਕ ਹੈ ਥੋੜੇ ਅੰਤਰ ਹੈਗਾ ਧਿਆਨ ਨਾਲ ਪੜਿਓ ਇਹਨੂੰ ਪ੍ਰਸ਼ਨ ਨੰਬਰ 117 ਜਲਵਾਯੂ ਦੇ ਆਧਾਰ 'ਨਨ ਖਜੂਰ, ਥੋਹਰ ਅਤੇ ਕੰਡੇਦਾਰ ਝਾੜੀਆਂ ਕਿਸ ਕਿਸਮ ਦੀ ਬਨਸਪਤੀ ਨਾਲ ਸੰਬੰਧਿਤ ਹਨ? ਦੇਖੋ ਖਜੂਰ, ਥੋਹਰ, ਕੰਡੇਦਾਰ ਝਾੜੀਆਂ ਕਿੱਥੇ ਪੈਦਾ ਹੁੰਦੇ ਨੇ ਇਹ? ਜਿੱਥੇ ਪਾਣੀ ਦੀ ਘਾਟ ਹੁੰਦੀ ਹੈ ਤਾਂ ਪਾਣੀ ਦੀ ਘਾਟ ਕਿੱਥੇ ਦੀ ਹੈ ਬਟਾ? ਮਾਰੂਥਲ। ਤਾਂ ਇਹ ਕਿਸ ਪ੍ਰਕਾਰ ਦੀ ਬਨਸਪਤੀ ਹੈ? ਮਾਰੂਥਲੀ ਬਨਸਪਤੀ। ਹਾਂਜੀ। ਇਸ ਤੋਂ ਬਾਅਦ ਅਟਾਪਾ ਨਾਗਰੀਕ ਸ਼ਾਸਤਰ ਦੇ ਕਰਾਂਗੇ। ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ ਹਾਂਜੀ ਬੰਦਰ ਵਿੱਚ ਸੰਘਾਤਮਕ ਪਰ ਅਸਲ ਵਿੱਚ ਇਕਾਤਮਕ ਇਹ ਹੈ ਹਾਂਜੀ ਇਹ ਵਿਸ਼ੇਸ਼ਤਾ ਹੈ ਸੰਸਦੀ ਸ਼ਾਸਨ ਪ੍ਰਣਾਲੀ ਇਹ ਵੀ ਵਿਸ਼ੇਸ਼ਤਾ ਹੈ ਲੋਕਤੰਤਰੀ ਕੇਂਦਰੀਕਰਨ ਇਹ ਵਿਸ਼ੇਸ਼ਤਾ ਨਹੀਂ ਹੈ ਲੋਕਤੰਤਰੀ ਸਮਾਜਵਾਦੀ ਪ੍ਰਭੂਸਤਾ ਸੰਪੰਨ ਧਰਮ ਨਿਰਪੱਖ ਗਣਤੰਤਰ ਇਹ ਸਾਰੀਆਂ ਵਿਸ਼ੇਸ਼ਤਾਵਾਂ ਹਨ ਕਿਹੜੀ ਨਹੀਂ ਹੈ ਬੇਟਾ ਇਹਦੇ ਵਿੱਚੋਂ ਤੀਸਰੀ ਵਾਲੀ ਲੋਕਤੰਤਰੀ ਕੇਂਦਰੀਕਰਨ ਕੇਂਦਰੀਕਰਨ ਦਾ ਮਤਲਬ ਹੁੰਦਾ ਹੈਗਾ ਜਿੱਥੇ ਸ਼ਕਤੀਆਂ ਨੂੰ ਇੱਕ ਵਿਅਕਤੀ ਕੋਲ ਰੱਖਿਆ ਜਾਂਦਾ ਹੈਗਾ ਪਰ ਲੋਕਤੰਤਰ ਵਿੱਚ ਕੀ ਹੁੰਦਾ ਹੈਗਾ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਇਸ ਕਰਕੇ ਜਿਹੜੀ ਤੀਜੀ ਆਪਸ਼ਨ ਹੈ ਦੇ ਲਈ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ ਹਾਂਜੀ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਰਾਹੀਂ ਛੂਤਸ਼ਾਦੀ ਮਨਾਹੀ ਕਰਕੇ ਇਸ ਨੂੰ ਖਤਮ ਕੀਤਾ ਗਿਆ ਹੈਗਾ ਹਾਂਜੀ ਕਿਹੜਾ ਅਨੁਛੇਦ ਹੈ ਬੇਟਾ ਅਨੁਛੇਦ 17 ਆਰਟੀਕਲ 17 ਪ੍ਰਸ਼ਨ ਨੰਬਰ 120 ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ ਸਮਾਨਤਾ ਹੈ ਨਿਆਂ ਇਹ ਵੀ ਹੈ ਸੁਤੰਤਰਤਾ ਇਹ ਵੀ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੈ ਬਟ ਕਿਹੜਾ ਨਹੀਂ ਹੈ ਬੇਟਾ ਇਹਨਾਂ ਦੇ ਵਿੱਚੋਂ ਧਾਨਸ਼ਾਈ ਇਹ ਵਾਲਾ ਸ਼ਬਦ ਸਾਡੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ ਪ੍ਰਸ਼ਨ ਨੰਬਰ 125 ਸੰਵਿਧਾਨ ਦਾ ਕਿਹੜਾ ਹਿੱਸਾ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕਰਨ ਦਾ ਆਦੇਸ਼ ਦਿੰਦਾ ਹੈ ਹਾਂਜੀ ਕਿਹੜਾ ਹਿੱਸਾ ਬੇਟਾ ਉਹ ਸਥਾਨਕ ਲੋਕਤੰਤਰ ਅਧੀਨ ਭਾਗ 9 ਠੀਕ ਹੈ ਯਾਦ ਰੱਖਣਾ ਤੁਸੀਂ ਜੋ ਭਾਗ 9 ਹੈਗਾ ਇਹ ਭਾਰਤ ਵਿੱਚ ਪੰਚਾਇਤੀ ਰਾਜ ਸਥਾਪਿਤ ਕਰਨ ਦੀ ਰਾਜਾਂ ਨੂੰ ਆਦੇਸ਼ ਦਿੰਦਾ ਹੈਗਾ ਹਾਂਜੀ ਪ੍ਰਸ਼ਨ ਨੰਬਰ 122 ਸਾਰਕ ਅਧੀਨ ਕਿਹੜੇ ਦੇਸ਼ ਆਉਂਦੇ ਹਨ ਹਾਂਜੀ ਕਿਹੜੇ ਦੇਸ਼ ਆਉਂਦੇ ਬੇਟਾ ਦੱਖਣੀ ਏਸ਼ੀਆ ਦੇ ਠੀਕ ਹੈ ਜਦੋਂ ਆਪਾਂ ਸਾਰਕ ਲਿਖ ਦੇਾਂਗੇ ਤਾਂ ਇਸ ਤਰੀਕੇ ਨਾਲ ਲਿਖ ਦੇਣਾ ਠੀਕ ਹੈ south asian association sorry double a s w a r c south asian association for regional cooperation ਤਾਂ ਇਹਦੇ ਲਈ ਕਿਹੜੀ অপਸ਼ਨ ਸੀ ਸੀ ਬੇਟਾ ਦੱਖਣੀ Áਸ਼ੀਆ ਦੇ ਦੇਸ਼ ਕਿਸ ਭਾਰਤ ਇਤਾਨੀ 562 ਦੇਸੀ ਰਾਜਸਤਾਨ ਰਾਜਿਆਂ ਨੂੰ ਇਕੱਠਾ ਕਰਕੇ ਭਾਰਤ ਵਿੱਚ ਸ਼ਾਮਲ ਕਰਨ ਦਾ ਕਾਰਜ ਕੀਤਾ ਹਾਂਜੀ ਕਿਸ ਨੇ ਕੀਤਾ ਸੀ ਬੇਟਾ ਸਰਦਾਰ ਵੱਲਭ ਭਾਈ ਪਟੇਲ ਇਨਾਂ ਨੂੰ ਇਸ ਕੰਮ ਕਰਕੇ ਭਾਰਤ ਦੇ ਲੋਹ ਪੁਰਸ਼ ਵੀ ਕਿਹਾ ਜਾਂਦਾ ਹੈ ਠੀਕ ਹੈ ਤੁਸੀਂ ਯਾਦ ਰੱਖਣਾ ਹੈਗਾ ਭਾਰਤ ਦੇ ਲੋਹ ਪੁਰਸ਼ ਕਿਹਨਾਂ ਨੂੰ ਕਿਹਾ ਜਾਂਦਾ ਹੈ ਸਰਦਾਰ ਵੱਲਭ ਭਾਈ ਪਟੇਲ ਨੂੰ ਹਾਂਜੀ ਬਿਟਾ ਅਗਲਾ ਭਾਰਤੀ ਸੰਸਦ ਕੀ ਕੰਮ ਕਰਦੀ ਹੈਗੀ ਬੇਸਾਰਾ ਨਾਗਰਿਕਾਂ ਦੀ ਸਹਾਇਤਾ ਕਰਦੀ ਹੈ ਕਾਨੂੰਨ ਬਣਾਉਣ ਵਾਲੀ ਸੰਸਥਾ ਹੈ ਸਮਾਜਿਕ ਸੁਰੱਖਿਆ ਯਕੀਨੀ ਬਣਾਉਂਦੀ ਹੈ ਬੱਚਿਆਂ ਦੇ ਵਿਕਾਸ ਲਈ ਭਵਨ ਖੋਲਦੀ ਹੈ ਅੰਦੀ ਕੀ ਕੰਮ ਕਰਦੀ ਹੈ ਬੇਟਾ ਸੰਸਦਨ ਕਾਨੂੰਨ ਬਣਾਉਣ ਵਾਲੀ ਸੰਸਥਾ ਹੈਗੀ ਹਾਂਜੀ ਅਗਲਾ ਪ੍ਰਸ਼ਨ ਗਠਵੰਧਨ ਵਾਲੀ ਸਰਕਾਰ ਉਸ ਸਰਕਾਰ ਨੂੰ ਆਖਦੇ ਹਨ ਹਾਂਜੀ ਕਿਹੜੀ ਸਰਕਾਰ ਨੂੰ ਆਖਦੇ ਬੇਟਾ ਗਠਵੰਧਨ ਵਾਲੀ ਸਰਕਾਰ ਜਿੱਥੇ ਜਿਹੜੀ ਸਰਕਾਰ ਹੈ ਦੋ ਜਾਂ ਦੋ ਤੋਂ ਵੱਧ ਦਲਾਂ ਦੇ ਪ੍ਰਤੀਨਿਧਾਂ ਦੁਆਰਾ ਬਣਾਈ ਗਈ ਹੋਵੇ ਠੀਕ ਹੈ ਇਹ ਜ਼ਰੂਰੀ ਨਹੀਂ ਕਿ ਵੀ ਦੋ ਦੋ ਦਲ ਹੋਣ ਜਾਂ ਦੋ ਪਾਰਟੀਆਂ ਹੋਣ ਦੋ ਜਾਂ ਦੋ ਤੋਂ ਵੱਧ ਪਾਰਟੀਆਂ ਦੇ ਪ੍ਰਤੀਨਿਧਾਂ ਵੱਲੋਂ ਬਣਾਈ ਗਈ ਸਰਕਾਰ ਗਠਵੰਦਨ ਸਰਕਾਰ ਕਹਾਉਂਦੀ ਹੈ। ਹਾਂਜੀ ਬੇਟਾ ਪ੍ਰਸ਼ਨ ਨੰਬਰ 126 ਪੰਜਾਬ ਰਾਜ ਲੋਕ ਸਭਾ ਤੇ ਰਾਜ ਸਭਾ ਵਿੱਚ ਕਿੰਨੇ ਮੈਂਬਰ ਭੇਜਦਾ ਹੈਗਾ? ਪੰਜਾਬ ਦੇ ਵਿੱਚੋਂ ਲੋਕ ਸਭਾ ਤੇ ਰਾਜ ਸਭਾ ਵਿੱਚ ਕਿੰਨੇ ਮੈਂਬਰ ਜਾਂਦੇ ਬੇਟਾ? ਲੋਕ ਸਭਾ ਦੇ ਵਿੱਚ ਕਿੰਨੇ ਜਾਂਦੇ ਹੈਗੇ 13 ਤੇ ਰਾਜ ਸਭਾ ਦੇ ਵਿੱਚ 7 ਮੈਂਬਰ ਜਾਂਦੇ ਹੈਗੇ। ਪ੍ਰਸ਼ਨ ਨੰਬਰ 127 ਪੰਜਾਬ ਵਿੱਚ ਲੜਕੀਆਂ ਨੂੰ ਸਾਈਕਲ ਕਿਸ ਸਕੀਮ ਹੇਠ ਦਿੱਤੇ ਜਾਂਦੇ ਹਨ? ਹਾਂਜੀ ਕਿਹੜੀ ਸਕੀਮਾਂ ਬੇਟਾ ਜਿਹਦੇ ਵਿੱਚ 11ਵੀਂ 12ਵੀਂ ਦੀਆਂ ਲੜਕੀਆਂ ਨੇ ਉਹਨਾਂ ਨੂੰ ਸਾਈਕਲ ਦਿੱਤੇ ਜਾਂਦੀ ਸੀ ਮਾਈ ਭਾਗੂ ਭਲਾਈ ਸਕੀਮ ਪ੍ਰਸ਼ਨ ਨੰਬਰ 128 ਧਨ ਬਿੱਲ ਕਿਹੇ ਪੇਸ਼ ਕੀਤਾ ਜਾਂਦਾ ਹੈਗਾ ਜਿਹੜਾ ਧਨ ਬਿੱਲ ਨਾ ਕਿਸ ਕਿੱਥੇ ਪੇਸ਼ ਕੀਤਾ ਜਾਂਦਾ ਬੇਟਾ ਹਾਂਜੀ ਕੇਵਲ ਲੋਕ ਸਭਾ ਦੇ ਵਿੱਚ ਠੀਕ ਹੈ ਬਾਕੀ ਜਿਹੜੇ ਬਿੱਲ ਹੈਗੇ ਉਹ ਦੋਹਾਂ ਸਦਨਾਂ ਦੇ ਵਿੱਚ ਕਿਤੇ ਵੀ ਪੇਸ਼ ਕੀਤੇ ਜਾ ਸਕਦੇ ਆ ਬਟ ਜਿਹੜਾ ਧਨ ਬਿੱਲ ਹੈ ਬੇਟਾ ਉਹ ਕੇਵਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਹਾਂ ਜੀ ਬੇਟਾ ਇਸ ਤੋਂ ਬਾਅਦ ਆਪਾਂ ਇਤਿਹਾਸ ਭਾਗ ਦੇ ਵਿੱਚ ਜਿਹੜੇ ਪ੍ਰਸ਼ਨ ਹੈਗੇ ਉਹ ਹੱਲ ਕਰਾਂਗੇ ਭਾਰਤ ਵਿੱਚ ਹਿਉਨ ਸੰਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਕੀ ਕਿਹਾ ਜਾਣ ਲੱਗਿਆ ਸੀ ਹਿਉਨ ਸੰਗ ਇੱਕ ਚੀਨੀ ਯਾਤਰੀ ਸੀ ਬੇਟਾ ਜਦੋਂ ਇਹ ਭਾਰਤ ਦੇ ਵਿੱਚ ਆਇਆ ਇਸ ਤੋਂ ਬਾਅਦ ਭਾਰਤ ਨੂੰ ਕੀ ਕਿਹਾ ਜਾਣ ਲੱਗਿਆ ਸੀ ਹਾਂਜੀ ਇੰਟੂ ਇੱਥੇ ਇੰਡੂ ਸੀ ਇੱਥੇ ਇੰਟੂ ਆਉਣਾ ਸੀ ਵੈਸੇ ਠੀਕ ਹੈ ਬੇਟਾ ਹਾਂਜੀ ਪ੍ਰਸ਼ਨ ਨੰਬਰ 130 ਲੈਪਸ ਦੀ ਨੀਤੀ ਕਿਸ ਨੇ ਚਲਾਈ ਸੀ ਹਾਂਜੀ ਕਿਸ ਨੇ ਚਲਾਈ ਸੀ ਬੇਟਾ ਲਾਰਡ ਦਲਹੌਜੀ ਨੇ ਪ੍ਰਸ਼ਨ ਨੰਬਰ 131 ਹੇਠ ਲਿਖਿਆਂ ਵਿੱਚੋਂ ਕਿਹੜੀ ਲਗਾਨ ਪ੍ਰਣਾਲੀ ਨਹੀਂ ਸੀ ਦੇਖੋ ਸਥਾਈ ਬੰਦੋਬਸਤ ਸੀ ਹੈਨਾ ਰਈਤਵੜੀ ਪ੍ਰਬੰਧ ਇਹ ਵੀ ਇੱਕ ਲਗਾਨ ਪ੍ਰਣਾਲੀ ਸੀ ਮਹਿਲਵੜੀ ਪ੍ਰਬੰਧ ਇਹ ਵੀ ਇੱਕ ਲਗਾਨ ਪ੍ਰਣਾਲੀ ਸੀ ਵੱਟ ਜੋ ਬੰਗਾਲ ਦੀ ਦੋਰੀ ਸ਼ਾਸਨ ਪ੍ਰਣਾਲੀ ਹੈ ਇਹ ਲਗਾਨ ਪ੍ਰਣਾਲੀ ਨਹੀਂ ਸੀ ਤਾਂ ਇਹਦੇ ਲਈ ਸਾਡੀ ਆਪਸ਼ਨ ਦੂਜੀ ਸਹੀ ਹੈ ਉਹਨਾਂ ਨੇ ਪੁੱਛਿਆ ਸੀ ਬੇਟਾ ਨਹੀਂ ਸੀ ਤਾਂ ਇਸ ਲਈ ਸਾਡੀ ਸੈਕਿੰਡ ਆਪਸ਼ਨ ਉਹਦੇ ਲਈ ਸਹੀ ਆ ਜੇਗੀ 132 ਨੰਬਰ ਪ੍ਰਸ਼ਨ ਅੰਗਰੇਜ਼ਾਂ ਨੇ ਅਸਾਮ ਅਸਾਮ ਵਿੱਚ ਪਹਿਲਾ ਚਾਦਾ ਬਾਕ ਕਦੋਂ ਲਗਾਏ ਸੀ ਅਸਾਮ ਦੇ ਵਿੱਚ ਪਹਿਲਾ ਇਹੜਾ 14 ਮਾਰਕਾ ਦੋ ਲਗਾਏ ਸੀ ਬੇਟਾ 1852 ਦੇ ਵਿੱਚ ਹਾਂਜੀ ਅਗਲਾ ਪ੍ਰਸ਼ਨ 1857 ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ ਸੀ ਹਾਂਜੀ ਬੇਟਾ ਕਿੱਥੋਂ ਸ਼ੁਰੂ ਹੋਇਆ ਸੀ ਬੈਰਕਪੁਰ ਦੇ ਵਿੱਚੋਂ ਜਿੱਤੇ ਮੰਗਲਪਾਂਡੇ ਨੇ ਵਿਦਰੋਹ ਸ਼ੁਰੂ ਕੀਤਾ ਸੀ ਪ੍ਰਸ਼ਨ ਨੰਬਰ 134 ਕਿਸ ਨੇ ਨੀਵੀਂ ਜਾਤੀ ਦੀਆਂ ਲੜਕੀਆਂ ਲਈ ਪੂਨੇ ਵਿੱਚ ਤਿੰਨ ਸਕੂਲ ਖੋਲੇ ਸੀ ਕਿਹਨਾਂ ਨੇ ਖੋਲੇ ਸੀ ਬੇਟਾ ਜੋਤੀਵਾ ਫੁੱਲੇ ਨੇ ਹਾਂਜੀ ਪ੍ਰਸ਼ਨ ਨੰਬਰ 135 ਮੁਸਲਿਮ ਐਂਗਲੋ ओरिएंटਲ ਕਾਲਜ ਯੂਨੀਵਰਸਿਟੀ ਕਿਦੋਂ ਬਣਾਇਆ ਗਿਆ ਇੱਕ ਸਕੂਲ ਕਾਲਜ ਸੀ ਬੇਟਾ ਮੁਸਲਿਮ ਐਂਗਲੋ ओरिएंटਲ ਕਾਲਜ ਇਸ ਨੂੰ ਯੂਨੀਵਰਸਿਟੀ ਬਣਾਇਆ ਗਿਆ ਸੀ 1920 ਦੇ ਵਿੱਚ ਹਾਂਜੀ ਪ੍ਰਸ਼ਨ ਨੰਬਰ 136 ਭਾਰਤੀਆਂ ਨੂੰ ਡੈਸ਼ ਨਾਮ ਨਾਲ ਜਾਣਿਆ ਜਾਂਦਾ ਹੈਗਾ ਭਾਰਤੀਆਂ ਨੂੰ ਕੀ ਕਹਿੰਦਾ ਹੈਗਾ ਬੇਟਾ ਪੱਲਵ ਪ੍ਰਸ਼ਨ ਨੰਬਰ 137 ਦਿੱਲੀ ਸਲਤਨਤ ਦਾ ਸਭ ਤੋਂ ਪਹਿਲਾ ਸੁਲਤਾਨ ਕੌਣ ਸੀ ਹਾਂਜੀ ਦਿੱਲੀ ਸਲਤਨਤ ਦੇ ਉੱਪਰ ਸਭ ਤੋਂ ਪਹਿਲਾਂ ਕਿੰਨਾਂ ਦਾ ਰਾਜ ਹੋਇਆ ਸੀ? ਕੁਤਬੁਦੀਨ ਐਬਕ ਦਾ। ਪ੍ਰਸ਼ਨ ਨੰਬਰ 138 ਨਵਾਬ ਸਰਾਜੂਦौला ਬੰਗਾਲ ਦਾ ਨਵਾਬ ਕਦੋਂ ਬਣਿਆ? ਕਦੋਂ ਬਣਿਆ ਜੀ ਬੇਟਾ 1756 ਦੇ ਵਿੱਚ। ਤੇ ਇਸ ਨੇ ਕਿਹੜੀ ਲੜਾਈ ਲੜੀ ਸੀ? ਪਲਾਸੀ ਦੀ ਲੜਾਈ ਹੈ ਨਾ 1757 ਦੇ ਵਿੱਚ ਹੋਈ ਸੀ ਜਿਹੜੀ ਅੰਗਰੇਜ਼ਾਂ ਤੇ ਬੰਗਾਲ ਦੇ ਨਵਾਬ ਸਰਾਜੂਦौला ਵਿਚਕਾਰ। ਨਵਾਬਸ ਰਾਜੂਦौला ਬੰਗਾਲ ਦਾ ਸੂਬੇਦਾਰ ਬਣਿਆ 1756 ਚ ਹਾਂਜੀ ਚੰਦਰਗੁਪਤ ਮੌਰੀਆ ਰਾਜਗਦੀ ਤੇ ਕਦੋਂ ਬੈਠਿਆ ਸੀ ਹਾਂਜੀ ਸ਼ਾਬਾਸ਼ 297 BC 297 BC ਹਾਂਜੀ ਬੇਟਾ ਅਗਲਾ ਪ੍ਰਸ਼ਨ ਹైదరాబాద్ ਰਾਜਧਾਨੀ ਕਿਸ ਨੇ ਰੱਖੀ ਸੀ ਹਾਂਜੀ ਕਿਸ ਨੇ ਰੱਖੀ ਸੀ ਨizam ul mulk ਨੇ ਇਨੂੰ ਚਿੰਨ ਕਲਿਚ ਖਾਂ ਵੀ ਕਹਿੰਦੇ ਹੈਗੇ ਠੀਕ ਹੈ ਬੇਟਾ ਯਾਦ ਰੱਖਿਓ ਤੁਸੀਂ ਹైదరాబాద్ ਸੁਤੰਤਰ ਰਾਜ ਦੀ ਨਹੀਂ ਕਿਸ ਨੇ ਰੱਖੀ ਸੀ ਨਿਜ਼ਾਮ ਮੁਲਕ ਨੇ ਠੀਕ ਹੈ ਬੇਟਾ ਤਾਂ ਇਹ ਪਾ ਤੁਹਾਡੇ ਪ੍ਰਸ਼ਨ ਹੱਲ ਕੀਤੇ ਹੈਗੇ ਤੇ ਇਸ ਤਰੀਕੇ ਦੇ ਜਿਹੜੇ ਪ੍ਰਸ਼ਨ ਹੈ ਤੁਸੀਂ 6ਵੀਂ ਕਿਤਾਬ ਦੀ ਜਿਹੜੀ ਸਮਾਜਿਕ ਸਿੱਖਿਆ ਦੀ ਬੁੱਕ ਹੈ 7ਵੀਂ ਜਮਾਤ ਦੀ ਸਮਾਜਿਕ ਸਿੱਖਿਆ ਦੀ ਬੁੱਕ ਹੈ ਉਹ ਵੀ ਤੁਸੀਂ ਨਾਲ-ਨਾਲ ਪੜ੍ਹਣੀਆਂ ਨੇ ਠੀਕ ਹੈ ਬੇਟਾ ਕਿਉਂਕਿ ਜਿਹੜਾ ਤੁਹਾਡਾ ਐਸ ਪੇਪਰ ਹੋਣਾ ਨਾ ਇਹ ਨੰਬਰਸ ਦਾ ਉਹਦੇ ਵਿੱਚ 6ਵੀਂ ਤੋਂ 8ਵੀਂ ਤੱਕ ਦੇ ਜਿਹੜੇ ਕਿਤਾਬਾਂ ਦੇ ਵਿੱਚੋਂ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ ਠੀਕ ਹੈ ਬੇਟਾ ਠੀਕ ਹੈ ਜੀ ਆਪਾਂ ਅਗਲੇ ਪਾਰਟ ਦੇ ਵਿੱਚ ਮਿਲਾਂਗੇ ਤਦ ਤੱਕ ਦੇ ਲਈ ਗੁੱਡ ਬਾਏ